Hey guys, my name is Mr. P2 and we are Viral Homies ਵਾਲੇ. ਸੋ ਤੁਹਾਨੂੰ ਕਈ ਲੋਕਾਂ ਨੂੰ ਪਤਾ ਨਹੀਂ ਹੋਣਾ ਮੇਰੇ ਬਾਰੇ, ਮੈਂ ਕੌਣ ਆ, ਮੈਂ ਕਿਆ ਕਰਦਾ ਹਾਂ. ਮੈਂ ਉਹ ਪਰਸਨ ਆ ਜਿਸਨੇ ਵਾਇਰਲ ਹੋਮੀਜ਼ ਦੀ ਸ਼ੁਰੂਆਤ ਕੀਤੀ ਸੀਗੀ, ਜਿਸਨੇ ਨਾਮ ਇਹ ਵਾਲਾ ਵਾਇਰਲ ਹੋਮੀਜ਼ ਨਾਮ ਰੱਖਿਆ ਸੀ ਕੰਪਨੀ ਦਾ, ਐਂਡ ਦੀ ਸ਼ੁਰੂਆਤ ਕੀਤੀ ਸੀਗੀ. ਸੋ ਮੇਰੇ ਬਾਰੇ ਕਾਫੀ ਕੁਛ ਨਹੀਂ ਪਤਾ ਹੋਣਾ ਹਲੇ ਸਾਰਿਆਂ ਨੂੰ, ਠੀਕ ਹੈ ਜੀ. ਮੈਂ ਮਲਟੀਮੀਡੀਆ ਐਨੀਮੇਸ਼ਨ ਦਾ ਡਿਪਲੋਮਾ ਕੀਤਾ ਹੈ. ਮੈਂ ਵੈਬ ਡਿਜ਼ਾਇਨਿੰਗ, ਗ੍ਰਾਫਿਕ ਡਿਜ਼ਾਇਨਿੰਗ ਕੀਤੀ ਹੋਈ ਹੈ, ਠੀਕ ਹੈ ਜੀ. ਪ੍ਰੋਗਰਾਮਿੰਗ ਕੀਤੀ ਹੋਈ ਹੈ, ਅਤੇ ਮੇਰੀ ਫੀਲਡ ਯੂਟਿਊਬ ਚੈਨਲ ਹੈ. ਮੈਂ 2007 'ਚ ਬਣਾਇਆ ਸੀਗਾ ਇਹ ਵਾਲਾ, ਸਿਰਫ ਮੈਂ ਜਸਟ ਵੀਡੀਓਜ਼ ਪਾਉਂਦਾ ਹੁੰਦਾ ਸੀਗਾ ਇਹਦੇ ਵਿੱਚ. ਦੈਨ ਉਸ ਤੋਂ ਬਾਅਦ ਫਿਰ ਅਸੀਂ ਡਿਸਾਈਡ ਕੀਤਾ 2017 ਵਿੱਚ ਕਿ ਇਸ ਨੂੰ ਅਸੀਂ ਰਿਕਾਰਡ ਲੇਬਲ ਬਣਾਉਣਾ ਆ, ਐਂਡ ਫਿਰ ਅਸੀਂ ਆਪਣਾ ਫਸਟ ਸੌਂਗ ਰਿਲੀਜ਼ ਕੀਤਾ ਇਹਦੇ ਵਿੱਚ, ਜੋ ਕਿ ਸੀਗਾ ਅੱਖ ਲਾਲ ਰਹਿੰਦੀ ਹੈ. ਉਹ ਸੌਂਗ ਉਦੋਂ ਤਾਂ ਚੱਲਿਆ ਨਹੀਂ, ਪਰ ਉਸ ਤੋਂ 2 ਸਾਲ ਬਾਅਦ ਬਹੁਤ ਕਾਫੀ ਚੱਲਿਆ ਸੌਂਗ. ਉਹਦੇ 70 million ਪਲੱਸ ਵਿਊਜ਼ ਆ ਉਹਦੇ. ਸੋ ਹੁਣ ਕੁਛ ਮਹੀਨਿਆਂ ਤੋਂ ਹੁਣ ਪ੍ਰੋਬਲਮ ਆ ਰਹੀ ਹੈ ਚੈਨਲ ਦੇ ਵਿੱਚ. ਚੈਨਲ ਆ ਸਾਡਾ ਜਿਹੜਾ ਹੋ ਚੁੱਕਿਆ ਡੈਡ. ਕੰਟੈਂਟ ਸਾਨੂੰ ਵਧੀਆ ਮਿਲ ਨਹੀਂ ਰਿਹਾ. ਗਾਣੇ ਆ ਰਹੇ, ਇਹ ਨਹੀਂ ਕਿ ਗਾਣੇ ਨਹੀਂ ਆ ਰਹੇ ਰਿਲੀਜ਼ ਕਰਨ ਨੂੰ, ਗਾਣੇ ਪ੍ਰੋਪਰਲੀ ਆ ਰਿਹਾ ਸਾਡੇ ਕੋਲ ਰਿਲੀਜ਼ ਕਰਨ ਨੂੰ, ਪਰ ਕੰਟੈਂਟ ਨਹੀਂ ਵਧੀਆ ਆ ਰਿਹਾ. ਇਸ ਕਰਕੇ ਫਿਰ ਅਸੀਂ ਡਿਸਾਈਡ ਕੀਤਾ ਆ ਕਿ ਅਸੀਂ ਇਸ ਨੂੰ ਇਹਦੇ ਵਿੱਚ ਵਲੌਗਸ ਵੀ ਅਸੀਂ ਪਾਉਣੇ ਸ਼ੁਰੂ ਕਰ ਦੇਣੇ ਆ, ਠੀਕ ਹੈ ਜੀ. ਅਤੇ ਵਲੌਗ ਦੇ ਨਾਲ ਨਾਲ ਗਾਣੇ ਵੀ ਚੱਲੂਗੇ, ਵਲੌਗ ਵੀ ਚੱਲੂਗਾ, ਪੋਡਕਾਸਟ ਵੀ ਚੱਲੂਗੀ. ਇਹ 3 ਚੀਜ਼ਾਂ ਚੱਲੂਗੀਆਂ, ਠੀਕ ਹੈ. ਕਿਉਂਕਿ ਚੈਨਲ ਮੈਂ ਨਹੀਂ ਚਾਹੁੰਦਾ ਕਿ ਇੰਨੀ ਮਿਹਨਤ ਨਾਲ ਜਿਹੜਾ ਚੈਨਲ ਬਣਾਇਆ ਹੋਇਆ ਸੀ ਉਹ ਡੈੱਡ ਹੋਵੇ. ਸੋ ਤੁਹਾਨੂੰ ਮੇਰੇ ਬਾਰੇ ਪਤਾ ਲੱਗ ਗਿਆ. ਮੇਰਾ ਫਸਟ ਮੇਰਾ ਜਿਹੜਾ ਬਿਜ਼ਨਸ ਆ, ਠੀਕ ਹੈ, ਉਹ ਹੈਗਾ ਆ ਮੇਰਾ ਟੈਟੂਜ਼ ਦਾ ਬਿਜ਼ਨਸ. P2 ਟੈਟੂ ਸਟੂਡੀਓ ਦੇ ਨਾਮ 'ਤੇ ਇਹ ਬਿਜ਼ਨਸ ਆ, ਨਵੇਂ ਸ਼ਹਿਰ ਦੇ ਵਿੱਚ ਆ, ਠੀਕ ਹੈ. ਦੈਨ ਉਸ ਤੋਂ ਬਾਅਦ ਸੈਕਿੰਡ ਮੇਰਾ ਬਿਜ਼ਨਸ ਆ ਮਿਊਜ਼ਿਕ ਰਿਕਾਰਡ ਲੇਬਲ ਦੀ ਕੰਪਨੀ, ਜਿਸ ਦਾ ਨਾਮ ਆ ਵਾਇਰਲ ਹੋਮੀਜ਼. ਥਰਡ ਮੇਰਾ ਬਿਜ਼ਨਸ ਆ ਮਿਊਜ਼ਿਕ ਡਿਸਟ੍ਰੀਬਿਊਸ਼ਨ ਐਂਡ ਪ੍ਰਮੋਸ਼ਨ. ਇਸ ਕੰਪਨੀ ਦਾ ਨਾਮ ਆ VH97 ਇੰਟਰਟੇਨਮੈਂਟ. ਪਹਿਲਾਂ ਦਾ ਨਾਮ ਹੁੰਦਾ ਸੀਗਾ VH ਮੀਡੀਆ ਗਰੁੱਪਸ, ਫਿਰ ਇਹਨੂੰ ਨਾਮ ਨੂੰ ਚੇਂਜ ਕਰਕੇ ਅਸੀਂ VH97 ਇੰਟਰਟੇਨਮੈਂਟ ਰੱਖਤਾ ਸੀਗਾ. ਸੋ ਇਹ ਮੇਰੇ 3 ਮੇਨ ਕੰਮ ਆ ਜਿਹੜੇ ਮੈਂ ਕੰਮ ਕਰਦਾ ਹਾਂ. ਸੋ ਇੰਨੀ ਕੁ ਇੰਟਰੋ ਆਈ ਥਿੰਕ ਕਾਫੀ ਹੋਣੀ ਹੈ ਪਹਿਲੀ ਵੀਡੀਓ ਲਈ, ਐਂਡ ਆਈ ਹੋਪ ਤੁਹਾਨੂੰ ਸਾਰਿਆਂ ਨੂੰ ਜਿਹੜਾ ਮੈਂ ਚੀਜ਼ ਸਟਾਰਟ ਕਰਨ ਜਾ ਰਿਹਾ, ਜੋ ਮੈਂ ਵਲੌਗਸ ਸਟਾਰਟ ਕਰਨ ਜਾ ਰਿਹਾ, ਆਈ ਥਿੰਕ ਮੈਨੂੰ ਲੱਗਦਾ ਹੈ ਕਿ ਤੁਹਾਨੂੰ ਸਾਰਿਆਂ ਨੂੰ ਪਸੰਦ ਆਊਂਗਾ. ਇੱਕ ਮੈਂ ਨੋਰਮਲ ਫੈਮਿਲੀ ਤੋਂ ਬਿਲੋਂਗ ਕਰਦਾ ਹਾਂ, ਮਿਡਲ ਕਲਾਸ ਫੈਮਿਲੀ ਤੋਂ ਬਿਲੋਂਗ ਕਰਦਾ ਹਾਂ. ਕੋਈ ਸਾਡਾ ਮਤਲਬ ਲਗਜ਼ਰੀ ਸਾਡਾ ਰਹਿਣ ਸਹਿਣ ਲਗਜ਼ਰੀ ਨਹੀਂ ਹੈਗਾ, ਸਾਡਾ ਲਾਈਫ ਸਟਾਈਲ ਲਗਜ਼ਰੀ ਨਹੀਂ ਹੈਗਾ. ਨੋਰਮਲ ਜੀ ਜ਼ਿੰਦਗੀ ਅਸੀਂ ਜੀਂਦੇ ਹਾਂ, ਅਸੀਂ ਨੋਰਮਲ ਜੀ ਜਿਹੜਾ ਪਰਸਨ ਜਿਹੜਾ ਹੁੰਦਾ ਹੈ ਨਾ, ਉਹਦੇ ਤਰੀਕੇ ਨਾਲ ਨੋਰਮਲ ਜ਼ਿੰਦਗੀ ਜੀਂਦੇ ਹਾਂ. ਅਸੀਂ ਨੋਰਮਲ ਕੰਮ ਕਰਦੇ ਹਾਂ, ਸਵੇਰੇ ਉੱਠਦੇ ਹਾਂ, ਕੰਮ 'ਤੇ ਜਾਂਦੇ ਹਾਂ, ਠੀਕ ਹੈ ਜੀ. ਟੈਟੂ ਸਟੂਡੀਓ ਮੇਰਾ, ਮੈਂ ਡੇਲੀ ਟੈਟੂ ਸਟੂਡੀਓ 'ਤੇ ਵੀ ਜਾਂਦਾ, ਨਾਲ ਨਾਲ ਜਿਹੜਾ ਮੇਰਾ ਮਿਊਜ਼ਿਕ ਪ੍ਰਮੋਸ਼ਨ ਦਾ ਕੰਮ ਆ ਜਾਂ ਫਿਰ ਮਿਊਜ਼ਿਕ ਡਿਸਟ੍ਰੀਬਿਊਸ਼ਨ ਦਾ ਕੰਮ ਹੈ, ਉਹ ਵੀ ਨਾਲ ਨਾਲ ਮੇਰਾ ਚੱਲੀ ਜਾਂਦਾ ਹੈ. ਮਤਲਬ ਸਿੰਪਲ ਜੀ ਲਾਈਫ ਆ ਸਾਡੀ, ਕੋਈ ਦੂਸਰੀ ਲਗਜ਼ਰੀ ਲਾਈਫ ਨਹੀਂ. ਅਸੀਂ ਰੋਜ਼ ਪਾਰਟੀਜ਼ 'ਤੇ ਜਾਂਦੇ ਹਾਂ ਜਾਂ ਇੱਦਾਂ ਦਾ ਕੁਛ ਆ. ਤੋ ਜੋ ਵੀ ਤੁਹਾਨੂੰ ਦੇਖਣ ਨੂੰ ਕੰਟੈਂਟ ਮਿਲੂਗਾ ਉਹ ਮਤਲਬ 100% ਰੀਅਲ ਹੋਊਗਾ. ਇਹ ਨਹੀਂ ਕਿ ਅਸੀਂ ਸਿਰਫ ਵਲੌਗ ਬਣਾਉਣ ਦੇ ਲਈ ਅਸੀਂ ਪਾਰਟੀਜ਼ 'ਤੇ ਜਾ ਰਹੇ ਹਾਂ ਜਾਂ ਕਿਤੇ ਘੁੰਮ ਰਹੇ ਹਾਂ, ਹੈ ਨਾ. ਉਹ ਚੀਜ਼ ਨਹੀਂ ਹੋਊਗੀ. ਅਸੀਂ ਜੋ ਮੇਰੀ ਡੇਲੀ ਲਾਈਫ ਦਾ ਰੂਟੀਨ ਹੋਊਗੀ, ਜੋ ਵੀ ਹੋਊਗਾ, ਉਹੀ ਵਾਲੀ ਚੀਜ਼ ਆ ਇਹਦੇ ਚੈਨਲ 'ਤੇ ਪਾਊਗੀ. ਇਹਦੇ ਇਸਦੇ ਪਿੱਛੇ ਇੱਕ ਸਿਰਫ ਮੇਨ ਰੀਜ਼ਨ ਇਹੀ ਆ
ਕਿ ਜਿਹੜਾ ਚੈਨਲ ਆ ਉਹ ਡੈਡ ਹੋ ਰਿਹਾ ਆ, ਉਹ ਚੈਨਲ ਆ ਜਿਹੜਾ ਬੰਦ ਨਾ ਹੋ ਜਾਵੇ, ਇੰਨੇ ਸਾਲਾਂ ਦੀ ਸਾਡੀ ਮਿਹਨਤ ਆ, ਹੈ ਨਾ, ਖਰਾਬ ਹੋ ਜਾਣੀ ਆ ਉਹ। ਇਸ ਕਰਕੇ ਪਲੀਜ਼ ਵੀਡੀਓ ਨੂੰ ਸ਼ੇਅਰ ਜਿੰਨਾ ਘਰ ਹੁੰਦਾ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ, ਐਂਡ ਆਉਣ ਵਾਲੀਆਂ ਜਿਹੜੀਆਂ ਸਾਡੀਆਂ ਵੀਡੀਓਜ਼ ਹੁੰਦੀਆਂ ਆ ਉਹਨੂੰ ਪਲੀਜ਼ ਇੰਨਾ ਹੀ ਪਿਆਰ ਦਿਓ। ਸੋ ਇਹ ਫਸਟ ਵੀਡੀਓ ਆ ਜਿਹੜੀ ਤੁਸੀਂ ਦੇਖ ਰਹੇ ਆ, ਜਿਸ ਵਿੱਚ ਮੈਂ ਹਾਂ, ਐਂਡ ਆਉਣ ਵਾਲੀਆਂ ਵੀਡੀਓਜ਼ ਦੇ ਵਿੱਚ ਤੁਸੀਂ ਮੈਨੂੰ ਫਿਰ ਦੁਬਾਰਾ ਦੇਖੋਗੇ। ਠੀਕ ਹੈ, ਟਿਲ ਦੈਨ ਟੇਕ ਕੇਅਰ, ਬਾਏ ਬਾਏ। ਫੈਨ ਹੋਇਆ ਤੇਰਾ।